2001 'ਚ ਗਿਆ ਸੀ। ਜੋਲਨ ਰਾਹੀਂ ਗਏ ਸੂਰੀਆ, ਫਿਰ ਲਬਲਾਨ ਪਹੁੰਚੇ ਅਤੇ ਉੱਥੇ ਕਿਤੇ ਕੰਮ ਮਿਲ ਜਾਂਦਾ ਸੀ। ਚਾਰ ਦਿਨ ਲਾ ਲਏ ਚਾਰ ਦਿਨ ਵਿਹਲੇ ਇੱਦਾਂ ਗਏ, ਡੌਂਕੀ ਗਏ ਸੀ, 2 ਨੰਬਰ 'ਚ ਜਾਣੀ ਗਏ ਸੀ। ਘਰ ਦੇ ਵਿੱਚ ਹੁਣ ਕਿਵੇਂ ਦਾ ਮਾਹੌਲ ਹੈ, ਕਿਉਂਕਿ ਲੰਬੇ ਸਮੇਂ ਬਾਅਦ ਅੱਜ ਘਰ ਵਾਪਸ ਪਰਤੇ ਹੋ? ਨੇਚਰ ਬਾਅਦ ਤਾਂ ਹੁਣ ਇਹੀ ਦੇਖੋ ਠੀਕ ਹੀ ਆ, ਅੱਖਾਂ ਨਮ ਹੋ ਗਈਆਂ। ਹਾਂਜੀ, ਚੌਵੀ ਸਾਲ ਵਿਦੇਸ਼ ਦੇ ਵਿੱਚ ਫਸਿਆ ਰਿਹਾ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਅੱਜ ਉਹ ਆਪਣੇ ਵਤਨ ਭਾਰਤ ਪਰਤਣ ਦੇ ਵਿੱਚ ਕਾਮਯਾਬ ਹੋਇਆ। ਹਾਲਾਤ ਉੱਥੇ ਬਸ ਇੱਦਾਂ ਹੀ ਸੀ, ਕਿਤੇ ਕੰਮ ਮਿਲ ਗਿਆ, ਕਿਤੇ ਨਹੀਂ ਮਿਲ ਗਿਆ। ਪਾਸਪੋਰਟ ਹੈ ਨਹੀਂ ਸੀ, ਪਾਸਪੋਰਟ ਮੇਰਾ ਗੁੰਮ ਹੋਇਆ, ਤਾਂ ਹੁਣ ਸੰਤਾਂ ਦੀ ਮਿਹਰਬਾਨੀ ਨਾਲ ਪਾਸਪੋਰਟ ਮਿਲਿਆ। ਉਸ ਤੋਂ ਬਾਅਦ ਤੁਸੀਂ ਕਿਸੇ ਆਪਣੇ ਭਾਰਤੀ ਏਜੰਸੀ ਦੇ ਨਾਲ ਜਾਂ ਅੰਬੈਸੀ ਦੇ ਨਾਲ ਕਿਸੇ ਨਾਲ ਰਾਬਤਾ ਨਹੀਂ ਕਾਇਮ ਕਰਨ ਦੀ ਕੋਸ਼ਿਸ਼ ਕੀਤੀ? ਕੀਤੀ ਕੋਸ਼ਿਸ਼, ਪਰ ਉਹ ਕਹਿੰਦੇ ਸਾਡੇ 'ਤੇ ਕੁਛ ਸਬੂਤ ਹੀ ਨਹੀਂ ਸਾਨੂੰ, ਅਸੀਂ ਕਿੱਦਾਂ ਵੀ ਕੀ ਪਤਾ ਤੂੰ ਬੰਗਲਾਦੇਸ਼ ਦਾ, ਪਾਕਿਸਤਾਨ ਦਾ, ਇੱਦਾਂ ਤੈਨੂੰ ਇੱਥੇ ਕੀ ਤੇਰੇ ਕੋਲ ਸਬੂਤ ਹੋਊਗਾ, ਤੈਨੂੰ ਤਾਂ ਪਾਸਪੋਰਟ ਦੇ ਸਕਦਾ। 24 ਸਾਲ ਮਤਲਬ 2 ਦਸ਼ਕ ਆਪਾਂ ਗਿਣ ਲੈਂਦੇ ਕਿ 24 ਸਾਲ ਪਰਿਵਾਰ ਤੋਂ ਵੱਖ ਰਹੇ, ਕੋਈ ਹੱਲ ਨਹੀਂ ਸੀ ਆਉਂਦਾ, ਜੇ ਹੁਣ ਹੱਲ ਹੋਇਆ ਤਾਂ ਆ ਕੇ ਕਰਨ ਨੂੰ। ਘਰ ਵਾਪਸ ਕਿਵੇਂ ਮਹਿਸੂਸ ਕਰਦੇ ਹੋ? ਘਰ ਵਧੀਆ ਹੀ ਮਹਿਸੂਸ ਕਰਦੇ ਹਾਂ, ਉੱਥੇ ਤਾਂ ਹੁਣ ਇੱਦਾਂ ਹੀ ਆ, ਬਾਹਰ ਤਾਂ ਕਿਤੇ ਰੋਟੀ ਮਿਲ ਗਈ, ਕਿਤੇ ਨਹੀਂ ਮਿਲ ਗਈ। ਤਿੜਕੇ ਬੂਹੇ ਬਿਰਦ ਦੁਆਰਾ ਕਾਹਦਾ ਇਹ ਤਰਵਾਸ, ਘਰ ਦੀ ਰੌਣਕ ਸੰਜੋ ਕਰ ਗਏ ਉਮਰਾਂ ਲਈ ਪ੍ਰਵਾਸ। ਅੱਜ ਇੱਕ ਬੇਹੱਦ ਦਰਦਨਾਕ ਦਾਸਤਾਨ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਉਸ ਵਿਅਕਤੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੋ 24 ਸਾਲ ਵਿਦੇਸ਼ ਦੇ ਵਿੱਚ ਫਸਿਆ ਰਿਹਾ। 24 ਸਾਲਾਂ ਬਾਅਦ ਉਸਦੀ ਅੱਜ ਘਰ ਵਾਪਸੀ ਹੋਈ ਹੈ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਅੱਜ ਉਹ ਆਪਣੇ ਵਤਨ ਭਾਰਤ ਪਰਤਣ ਦੇ ਵਿੱਚ ਕਾਮਯਾਬ ਹੋਇਆ। ਸਾਡੇ ਨਾਲ ਉਹ ਸ਼ਖਸ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਨਾਮ ਜਾਣਨਾ ਚਾਹਾਂਗੇ। ਗੁਰਤੇਜ ਸਿੰਘ ਹੈ ਜੀ ਮੇਰਾ ਨਾਮ। ਕਿੱਥੋਂ ਦੇ ਰਹਿਣ ਵਾਲੇ ਹੋ? ਪਿੰਡ ਮੱਤੇਵਾੜਾ ਜੀ, ਜ਼ਿਲ੍ਹਾ ਲੁਧਿਆਣਾ। ਕਦੋਂ ਗਏ ਸੀ, ਕਿੱਥੇ ਗਏ ਸੀ, ਕਿਹਨਾਂ ਹਾਲਾਤਾਂ 'ਚ, ਕੀ ਸੋਚ ਕੇ ਗਏ ਸੀ? ਪੈਸੇ ਕਮਾਉਣ ਵਾਸਤੇ ਗਏ ਸੀ, ਘਰ ਦੇ ਹਾਲਾਤਾਂ ਕਰਕੇ। ਹਾਂਜੀ, 2001 'ਚ ਗਿਆ ਸੀ। ਜੋਲਨ ਰਾਹੀਂ ਗਏ ਸੂਰੀਆ, ਫਿਰ ਲਬਲਾਨ ਪਹੁੰਚੇ ਅਤੇ ਉੱਥੇ ਕਿਤੇ ਕੰਮ ਮਿਲ ਜਾਂਦਾ ਸੀ। ਚਾਰ ਦਿਨ ਲਾ ਲਏ ਚਾਰ ਦਿਨ ਵਿਹਲੇ ਇੱਦਾਂ ਗਏ, ਡੌਂਕੀ ਗਏ ਸੀ, 2 ਨੰਬਰ 'ਚ ਜਾਣੀ ਗਏ ਸੀ। ਹਾਂਜੀ, ਮਤਲਬ 2001 ਦੇ ਵਿੱਚ ਤੁਸੀਂ ਕਿਹਾ ਕਿ ਤੁਸੀਂ ਗਏ? ਹਾਂਜੀ, 2001 ਦੇ ਵਿੱਚ 24 ਸਾਲ ਉੱਥੇ ਹੀ ਰਹੇ। ਹਾਂਜੀ, ਕੀ ਹਾਲਾਤ ਸੀ ਉੱਥੇ? ਹਾਲਾਤ ਉੱਥੇ ਬਸ ਇੱਦਾਂ ਹੀ ਸੀ, ਕਿਤੇ ਕੰਮ ਮਿਲ ਗਿਆ, ਕਿਤੇ ਨਹੀਂ ਮਿਲ ਗਿਆ। ਪਾਸਪੋਰਟ ਹੈ ਨਹੀਂ ਸੀ, ਪਾਸਪੋਰਟ ਮੇਰਾ ਗੁੰਮ ਹੋਇਆ ਜੀ, ਤਾਂ ਹੁਣ ਸੰਤਾਂ ਦੀ ਮਿਹਰਬਾਨੀ ਨਾਲ ਪਾਸਪੋਰਟ ਮਿਲਿਆ, ਤਾਂ ਸਫ਼ਰ ਕਰਨ ਵਾਪਸ ਕੀਤੀ। ਮਤਲਬ ਜਦੋਂ ਤੁਸੀਂ ਉੱਥੇ 2001 'ਚ ਪਹੁੰਚੇ ਤਾਂ ਵਾਪਸ ਆਉਣਾ ਚਾਹਿਆ ਤੁਸੀਂ? ਹਾਂਜੀ, ਆਉਣਾ ਚਾਹਿਆ, ਪਰ ਪਾਸਪੋਰਟ ਹੈ ਨਹੀਂ ਸੀ ਮੇਰੇ ਕੋਲ। ਪਾਸਪੋਰਟ ਕਿੱਥੇ ਚਲ ਗਿਆ? ਗੁੰਮ ਹੋ ਗਿਆ ਜੀ, ਪਾਸਪੋਰਟ ਚੋਰੀ ਹੋ ਗਈ ਜੀ ਘਰੇ, ਨਾਲੇ ਪੈਸੇ ਪੂਸੇ ਲੈ ਕੇ ਚੱਕੇ, ਨਾਲੇ ਪਾਸਪੋਰਟ ਗੁੰਮ ਹੋ ਗਿਆ। ਉਸ ਤੋਂ ਬਾਅਦ ਤੁਸੀਂ ਕਿਸੇ ਆਪਣੇ ਭਾਰਤੀ ਏਜੰਸੀ ਦੇ ਨਾਲ ਜਾਂ ਅੰਬੈਸੀ ਦੇ ਨਾਲ ਕਿਸੇ ਨਾਲ ਰਾਬਤਾ ਨਹੀਂ ਕਾਇਮ ਕਰਨ ਦੀ ਕੋਸ਼ਿਸ਼ ਕੀਤੀ? ਕੀਤੀ ਕੋਸ਼ਿਸ਼, ਪਰ ਉਹ ਕਹਿੰਦੇ ਸਾਡੇ 'ਤੇ ਕੁਛ ਸਬੂਤ ਹੀ ਨਹੀਂ ਸਾਨੂੰ, ਅਸੀਂ ਕਿੱਦਾਂ ਵੀ ਕੀ ਪਤਾ ਤੂੰ ਬੰਗਲਾਦੇਸ਼ ਦਾ, ਪਾਕਿਸਤਾਨ ਦਾ, ਇੱਦਾਂ ਤੈਨੂੰ ਇੱਦਾਂ ਕੀ ਤੇਰੇ ਕੋਲ ਸਬੂਤ ਹੋਊਗਾ, ਤੈਨੂੰ ਤਾਂ ਪਾਸਪੋਰਟ ਦੇ ਸਕਦੇ। ਮਤਲਬ ਲਗਾਤਾਰ ਉੱਥੇ ਕੋਸ਼ਿਸ਼ਾਂ ਤੁਹਾਡੇ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ, ਪਰ ਉਹ ਨੇਪਰੇ ਨਹੀਂ ਚੜ ਸਕਿਆ। ਬਹੁਤ ਗੇੜੇ ਕੱਢੇ ਉਹਨਾਂ ਨੇ, ਕੋਈ ਸੁਣੀ ਨਹੀਂ। ਕਿ ਬਾਅਦ 'ਚੋਂ ਹੁਣ ਜਦੋਂ ਇੱਧਰੋਂ ਕੋਈ ਗੱਲਬਾਤ ਹੋਈ ਸ਼ੁਰੂ, ਫਿਰ ਉਹਨਾਂ ਨੇ ਮੈਨੂੰ ਬੁਲਾਇਆ, ਮੈਂ ਜਾਣਦਾ ਰਹਿੰਦਾ ਸੀ, ਨੰਬਰ ਮੇਰਾ ਉਹਨਾਂ ਨੇ ਲਿਆ ਸੀ ਮਾਲਕ ਦਾ। ਫਿਰ ਮੈਂ ਉਹਨੂੰ ਗੱਲਬਾਤ ਕੀਤੀ, ਮੈਨੂੰ ਬੁਲਾ ਕੇ ਮੈਨੂੰ ਕਹਿੰਦੇ ਤੇਰਾ ਹੱਲ ਕਰ ਦੇਵਾਂਗੇ। ਜਾਣੀ ਗੇੜੇ ਬਹੁਤ ਪੜਾਏ, 8 ਮਹੀਨੇ ਹੁਣ ਵੀ ਲੱਗ ਗਏ। ਪਰਿਵਾਰ ਦੇ ਵਿੱਚ ਕੌਣ ਕੌਣ ਹੈ?
ਪਰਿਵਾਰ ਦੇ ਵਿੱਚ ਮੇਰਾ ਵੱਡਾ ਭਰਾ, ਮੇਰੀ ਘਰ ਵਾਲੀ, ਦੋ ਮੇਰੇ ਮੁੰਡੇ ਆ, ਇੱਕ ਮੇਰਾ ਪੋਤਾ, ਮੇਰੀ ਭੈਣ ਵੀ ਆਈ ਹੈ, ਮੇਰਾ ਜੀਜਾ ਜੀ ਵੀ ਆਇਆ। 24 ਸਾਲ, ਮਤਲਬ 2 ਦਸ਼ਕ ਆਪਾਂ ਕਹਿ ਲੈਂਦੇ ਕਿ 24 ਸਾਲ ਪਰਿਵਾਰ ਤੋਂ ਵੱਖ ਰਹੇ। ਹਾਂਜੀ, ਕਿਵੇਂ ਮਹਿਸੂਸ ਮਤਲਬ ਹੋਇਆ ਉੱਥੇ ਕਿ ਮਤਲਬ ਇੱਥੇ ਪਰਿਵਾਰ ਵੀ ਔਖਾ, ਤੁਸੀਂ ਉੱਥੇ ਔਖੇ? ਇਹ ਤਾਂ ਹੈ ਜੀ, ਔਖੇ ਤਾਂ ਹੁਣ ਹੈਗੇ ਸੀ, ਹੁਣ ਕੀ ਕਰਨਾ ਸੀ, ਕੋਈ ਹੱਲ ਨਹੀਂ ਸੀ ਆਉਣ ਦਾ, ਤੇ ਹੁਣ ਹੱਲ ਹੋਇਆ ਤਾਂ ਆ ਕੇ ਕਰਨ। ਹੁਣ ਘਰ ਵਾਪਸ ਕਿਵੇਂ ਮਹਿਸੂਸ ਕਰਦੇ ਹੋ? ਘਰ ਵਧੀਆ ਜੀ ਮਹਿਸੂਸ ਕਰਦੇ ਹਾਂ, ਉੱਥੇ ਤਾਂ ਹੁਣ ਇੱਦਾਂ ਹੀ ਆ, ਬਾਹਰ ਤਾਂ ਕਿਤੇ ਰੋਟੀ ਮਿਲ ਗਈ ਕਿਤੇ ਨਹੀਂ ਮਿਲ ਗਈ। ਅਜੇ ਵੀ ਬਹੁਤ ਸਾਰੇ ਨੌਜਵਾਨ ਪੀੜ੍ਹੀ ਜਿਹੜੀ ਆ ਵਿਦੇਸ਼ ਜਾਣ ਦੀ ਚਾਹਨਾ ਰੱਖਦੀ ਹੈ, ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਕੋਈ ਜਾਵੇ ਨਾ ਬਾਹਰ, ਜਿਹੜਾ 2 ਨੰਬਰ 'ਚ ਤਾਂ ਕੋਈ ਜਾਵੇ ਹੀ ਨਾ ਬਾਹਰ, 1 ਨੰਬਰ ਜਿਹੜਾ ਜਾਂਦਾ ਜਾ ਸਕਦਾ, ਵਧੀਆ, 2 ਨੰਬਰ 'ਚ ਜਾਣ ਦਾ ਕੋਈ ਫਾਇਦਾ ਨਹੀਂ। ਸੰਤ ਸਿੱਚੇਵਾਲ ਨਾਲ ਕਿੱਦਾਂ ਰਾਬਤਾ ਕਾਇਮ ਹੋਇਆ ਤੁਹਾਡਾ? ਫਿਰ ਇਹ ਮੁੰਡਾ ਸਾਡੇ ਪਿੰਡ ਦਾ, ਇਹਨਾਂ ਨੇ ਕਰਵਾਈ ਗੱਲਬਾਤ। ਹਾਂਜੀ ਹਾਂਜੀ ਭਾਈ ਸਾਹਿਬ, ਕੀ ਨਾਮ ਹੈ ਤੁਹਾਡਾ, ਤੁਸੀਂ ਬਾਬਾ ਜੀ ਨਾਲ ਸੰਪਰਕ ਕੀਤਾ ਫਿਰ? ਹਾਂਜੀ ਹਾਂਜੀ, ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ, ਮੈਂ ਇਹ ਪਾਰਟੀ ਵਰਕਰ ਆਮ ਆਦਮੀ ਪਾਰਟੀ ਦਾ, ਤੇ ਇਹਨਾਂ ਦੇ ਇਹ ਵੱਡੇ ਬ੍ਰਦਰ ਮੇਰੇ ਕੋਲ ਆਏ ਸੀਗੇ ਜੀ, ਇੱਦਾਂ ਦਾ ਕਰਕੇ 24 ਸਾਲ ਦੇ ਮਤਲਬ ਕਿ ਬਾਹਰ ਆ, ਇਹ ਲਿਬਲਾਨ ਕੰਟਰੀ 'ਚ, ਇਹ ਮੈਂ ਰਾਜ ਸਭਾ ਮੈਂਬਰ ਜੀ ਨਾਲ ਰਾਬਤਾ ਕਾਇਮ ਕੀਤਾ ਜੀ, ਇਹਨਾਂ ਦੀ ਗੱਲਬਾਤ ਕਰਾਈ ਉਹਨਾਂ ਨੇ, ਇਹ ਬਾਬਾ ਜੀ ਨੇ ਆਪਣੇ ਭਾਰਤੀ ਅੰਬੈਸੀ ਨਾਲ ਇਹ ਸਰਪੰਕ ਕੀਤਾ ਤੇ ਇਹਨਾਂ ਦਾ ਹੱਲ ਕਰਾਇਆ ਜੀ। ਹਾਂਜੀ, ਘਰ ਦੇ ਵਿੱਚ ਹੁਣ ਕਿਵੇਂ ਦਾ ਮਾਹੌਲ ਹੈ, ਕਿਉਂਕਿ ਲੰਬੇ ਸਮੇਂ ਬਾਅਦ ਅੱਜ ਘਰੇ ਵਾਪਸ ਪਰਤੇ ਹੋ? ਇੰਨੇ ਚਿਰ ਬਾਅਦ ਤਾਂ ਹੁਣ ਜੀ ਦੇਖੋ ਠੀਕ ਹੀ ਆ, ਅੱਖਾਂ ਨਮ ਹੋ ਗਈਆਂ। ਹਾਂਜੀ, ਕਿਉਂਕਿ ਭਾਵੁਕਤਾ ਬੇਹੱਦ ਇਮੋਸ਼ਨਸ ਜਿਹੜੇ ਨੇ ਉਹ ਹਮੇਸ਼ਾ ਵਿਅਕਤੀ ਦੇ ਵਿੱਚ ਜਿਹੜੇ ਅਜਿਹੇ ਮੌਕਿਆਂ ਉਹਦੇ ਆ ਹੀ ਜਾਂਦੇ ਨੇ, ਕਿਉਂਕਿ ਲੰਬਾ ਸਮਾਂ ਜਿਹੜਾ ਵਿਦੇਸ਼ ਦੀ ਧਰਤੀ 'ਤੇ ਇੰਨਾ ਸੰਤਾਪ ਹਟਾਉਣਾ, ਅਤੇ ਸੰਤ ਸਿੱਚੇਵਾਲ ਦੇ ਯਤਨਾਂ ਸਦਕਾ ਇਸ ਵਿਅਕਤੀ ਦੀ ਜਿਹੜੀ ਘਰ ਵਾਪਸੀ ਸੰਭਵ ਹੋ ਸਕੀ ਹੈ। ਸੰਤ ਸਿੱਚੇਵਾਲ ਜੀ ਨਾਲ ਗੱਲਬਾਤ ਕਰਦੇ ਹਾਂ ਅਤੇ ਕੀ ਕਹਿਣਾ ਉਹਨਾਂ ਦਾ, ਉਸਦੇ ਬਾਰੇ ਵੀ ਜਾਣਕਾਰੀ ਲੈਂਦੇ ਹਾਂ। ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਪਰਿਵਾਰ ਦੇ ਵਿੱਚ ਦੁਬਾਰਾ 24 ਸਾਲ ਪਿੱਛੋਂ ਆਪਣੇ ਪਰਿਵਾਰ ਦੇ ਵਿੱਚ ਜਦੋਂ ਗਿਆ ਸੀ, ਪੋਤਾ ਪਰਿਵਾਰ ਵਾਲਾ ਸੀ ਅਤੇ ਹੁਣ ਪੋਤਿਆਂ ਵਾਲਾ ਹੋ ਕੇ ਪਹੁੰਚਿਆ 24 ਸਾਲ ਪਿੱਛੋਂ ਆਪਣੇ ਘਰ। ਸੋ ਬੜਾ ਉਹਨਾਂ ਨੇ ਲੰਬਾ ਸਮਰ ਜਿਹੜਾ ਹੈਗਾ ਕੱਟਿਆ। ਪਹਿਲਾਂ ਇਹ ਜੋਰਡਨ 'ਚ ਗਏ, ਇਹਨਾਂ ਨੂੰ ਏਜੰਟ ਲੈ ਗਿਆ ਕਿ ਅਸੀਂ ਜੋਰਡਨ, ਜੋਰਡਨ ਤੋਂ ਸੀਰੀਆ, ਸੀਰੀਆ ਤੋਂ ਲਬਨਾਨ। ਲਬਨਾਨ ਦੇ ਵਿੱਚ ਜਦੋਂ ਲੜਾਈ ਲੱਗੀ ਸੀਗੀ ਅਤੇ ਇਹਨਾਂ ਦੇ 2006 'ਚ ਉੱਥੇ ਪਾਸਪੋਰਟ ਜਿਹੜਾ ਸੀਗਾ ਉਹ ਗੁੰਮ ਹੋ ਗਿਆ, ਅਤੇ ਮਗਰੋਂ ਲਗਾਤਾਰ ਇਹ ਚੱਕਰ ਕੱਟਦਾ ਰਿਹਾ ਉੱਧਰ, ਫਿਰ ਇੱਧਰ ਪਰਿਵਾਰ ਚੱਕਰ ਕੱਟਦਾ ਰਿਹਾ, ਪਰ ਕੋਈ ਗੱਲ ਨਹੀਂ ਬਣੀ। 8 ਕੁ ਮਹੀਨੇ ਪਹਿਲਾਂ ਇਹਨਾਂ ਦੇ ਪਰਿਵਾਰ ਦੇ ਕੁਛ ਮੈਂਬਰ ਸਾਡੇ ਕੋਲ ਆਏ ਸੀ ਅਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ 24 ਸਾਲ ਹੋ ਗਏ ਸਾਡੇ ਬੰਦੇ ਫਸੇ ਨੂੰ, ਇਹਦਾ ਕੁਛ ਹੱਲ ਕੀਤਾ ਜਾਵੇ। ਸੋ ਅਸੀਂ ਜਿਹੜੀ ਉਹਦਾ ਕਾਰਨ ਇਹ ਸੀਗਾ ਕਿ ਅੰਬੈਸੀ ਮੰਗਦੀ ਸੀਗੀ ਕਿ ਜਿੱਥੋਂ ਪਾਸਪੋਰਟ ਇਸ਼ੂ ਆਇਆ ਹੋਇਆ ਉਹਦੀ ਜਿਹੜੀ ਹੈਗੀ ਆ ਡੇਟ ਜਿਹੜੀ ਹੈਗੀ ਆ ਉਹਦਾ ਪਾਸਪੋਰਟ ਵਾਲਾ ਜਿਹੜਾ ਉਹ ਸਾਨੂੰ ਦਿੱਤੀ ਜਾਵੇ, ਵੀ ਕਦੋਂ ਇਸ਼ੂ ਹੋਇਆ ਉਹਦੀ ਫੋਟੋ ਕਾਪੀ ਜਿਹੜੀ ਹੈਗੀ ਆ ਦਿੱਤੀ ਜਾਵੇ। ਪਰ ਜਿਹੜੀ ਇੱਥੇ ਚੰਡੀਗੜ੍ਹ ਜਿਹੜੀ ਪਾਸਪੋਰਟ ਦਫ਼ਤਰ ਸੀ ਉਹ ਗੇੜੇ ਕਢਾਈ ਜਾਂਦਾ ਸੀਗਾ, ਉਹ ਇਹਨਾਂ ਦਾ ਜਿਹੜਾ ਹੈਗਾ ਉਹ ਦਿੰਦਾ ਨਹੀਂ ਸੀ, ਭੇਜਦਾ ਨਹੀਂ ਅੰਬੈਸੀ ਨੂੰ, ਇਸ ਕਰਕੇ ਉੱਥੇ ਫਸਿਆ ਹੋਇਆ ਸੀ। ਅਸੀਂ ਵੀ ਸਾਡੇ ਕੋਲ ਆਏ, ਅਸੀਂ ਇੱਕ ਵਾਰੀ ਅੰਬੈਸੀ ਨੂੰ ਲੈਟਰ ਲਿਖਿਆ, ਫਿਰ ਦੂਸਰਾ ਲਿਖਿਆ, ਫਿਰ ਜਿਸ ਵੇਲੇ
ਜਲੰਧਰ ਦੇ ਜਿਹੜੇ ਦਫ਼ਤਰ ਦੇ ਉੱਤੇ CBI ਦਾ ਸਾਪਾ ਪਿਆ, ਉੱਥੋਂ ਦੇ ਜਿਹੜੇ ਮੁੱਖ ਜਿਹੜੇ ਸੀਗੇ ਉੱਥੋਂ ਦੇ ਮੁਖੀ ਦਫ਼ਤਰ ਦੇ ਚੋਣ ਪਾਸਪੋਰਟ ਅਫਸਰ ਦੇ ਨਾਲ ਦੋ ਹੋਰ ਉਹ ਫੜੇ ਗਏ, ਅਤੇ ਫਿਰ ਉਦੋਂ ਮਗਰੋਂ ਜਿਹੜਾ ਹੈਗਾ ਚੰਡੀਗੜ੍ਹ ਅੰਬੈਸੀ ਨੇ ਜਿਹੜਾ ਪਾਸਪੋਰਟ ਦਫ਼ਤਰ ਆ ਇਹਨਾਂ ਦੀ ਜਿਹੜੀ ਹੈਗੀ ਆ ਉੱਥੇ ਭੇਜੀ, ਅਤੇ ਉਦੋਂ ਮਗਰੋਂ 8 ਮਹੀਨੇ ਫਿਰ ਵੀ ਇਹਨੂੰ ਜਿਹੜੇ ਹੈਗੇ ਆ ਵੱਖ ਵੱਖ ਉੱਥੇ ਦੀ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਤੋਂ ਮਨਜ਼ੂਰੀਆਂ ਵਗੈਰਾ ਲੈਣ 'ਤੇ ਲੱਗ ਗਏ। ਤਕਰੀਬਨ 24 ਸਾਲ ਪਿੱਛੋਂ ਇਹ ਦੁਬਾਰਾ ਘਰ ਆਇਆ ਅਤੇ ਹੁਣ ਇਹ ਪੋਤਿਆਂ ਵਾਲਾ ਹੋਇਆ, ਪਰ ਇੰਨਾ ਲੰਬਾ ਸਮਾਂ ਜਿਹੜਾ ਹੈ ਪਰਿਵਾਰ ਤੋਂ ਦੂਰ ਰਹਿ ਕੇ ਜਿਹੜਾ ਇਹਨਾਂ ਨੇ ਸੰਤਾਪ ਭੋਗਿਆ, ਪਰ ਮਹਾਰਾਜ ਨੇ ਕਿਰਪਾ ਕਰਤੀ ਹੈ ਘਰ ਆਇਆ, ਅਸੀਂ ਇਹਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ।